ਹੈਲੋ ਸਟੂਡੈਂਟਸ ਵੈਲਕਮ ਆਨ ਯਦੂ ਐਜੂਕੇਸ਼ਨ ਯਦੂ ਐਜੂਕੇਸ਼ਨ ਦੇ ਪਲੇਟਫਾਰਮ ਤੇ ਸਵਾਗਤ ਹੈ ਤੁਹਾਡਾ ਕਲਾਸ ਸ਼ੁਰੂ ਕਰਨ ਜਾ ਰਹੇ ਆਪਣੀ ਬਈ ਇੰਗਲਿਸ਼ ਦੀ ਪੈਡਾਗੋਜੀ ਦੀ ਫਟਾਫਟ ਆ ਜਾਓ ਕਲਾਸ ਨੂੰ ਜੁਆਇਨ ਕਰ ਲਓ ਆਪਣਾ ਲਿੰਕ ਇੱਕ ਵਾਰ ਸ਼ੇਅਰ ਕਰਾਵੋ ਜਿਹੜੇ ਬਾਕੀ ਵਿੱਚ ਨਹੀਂ ਜੁੜੇ ਤਾਂ ਜੋ ਆਪਣੇ ਕਲਾਸ ਦੇ ਵਿੱਚ ਪਹੁੰਚ ਜਾਣ ਬਈ ਚਲੋ ਜਲਦੀ ਨਾਲ ਫਿਰ ਕਲਾਸ ਸ਼ੁਰੂ ਕਰਨ ਜਾ ਰਹੇ ਆਪਾਂ ਗਗਨਦੀਪ ਕੌਰ ਵੈਰੀ ਗੁੱਡ ਮਾਰਨਿੰਗ ਜੀ ਰੰਜਨਾ ਰਾਣੀ ਵੈਰੀ ਗੁੱਡ ਮਾਰਨਿੰਗ ਅੱਜ ਵੀ ਕਲਾਸ 'ਚ ਫਟਾਫਟ ਜੁਆਇਨ ਕਰੋ ਕਲਾਸ ਨੂੰ ਅੱਜ ਵੀ ਕਰਨੇ ਸੋ ਲੋਜੀ ਫਸਟ ਕੁਐਸਚਨ ਦੇਖਦੇ ਆਪਾਂ ਕੀ ਕਹਿੰਦਾ ਹੈ ਗਰੁੱਪ ਪ੍ਰੋਜੈਕਟ ਵਰਕ ਹੈਲਪਸ ਇਨ ਡਿਵੈਲਪਿੰਗ ਜਿਹੜਾ ਗਰੁੱਪ ਪ੍ਰੋਜੈਕਟ ਵਰਕ ਹੁੰਦਾ ਗਰੁੱਪ ਦੇ ਵਿੱਚ ਸਾਨੂੰ ਕਰਨ ਲਈ ਪ੍ਰੋਜੈਕਟ ਵਰਕ ਦਿੱਤਾ ਜਾਂਦਾ ਉਹ ਕਿਸ ਚੀਜ਼ ਦੇ ਵਿੱਚ ਹੈਲਪ ਕਰਦਾ ਕਹਿੰਦੇ ਹੈ ਨਾ ਵੈਰੀ ਗੁੱਡ ਮਾਰਨਿੰਗ ਜੀ ਗਰੋਪ ਐਜੂਕੇਸ਼ਨ ਠੀਕ ਹੈ ਕਿਸ ਚੀਜ਼ ਵਿੱਚ ਹੈਲਪ ਕੀਤੀ ਜਾਂਦੀ ਹੈ ਕਿਸ ਚੀਜ਼ ਨੂੰ ਡਿਵੈਲਪ ਕਰਨ ਦੇ ਵਿੱਚ ਏ ਹਾਈ ਲੈਵਲ ਆਫ ਅੰਬੀਸ਼ਨ ਟੂ ਅਚੀਵ ਕਹਿੰਦੇ ਸਾਡੇ ਜਿਹੜੇ ਇੱਛਾਵਾਂ ਹੁੰਦੀਆਂ ਐ ਅੰਬੀਸ਼ਨਸ ਹੁੰਦੀਆਂ ਨੇ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਹਾਈ ਲੈਵਲ ਦੀਆਂ ਇੱਛਾਵਾਂ ਹੋਣ ਜਿਹੜੀਆਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਹਦੇ ਵਿੱਚ ਮਨ ਲੋ ਪ੍ਰੋਜੈਕਟ ਵਰਕ ਦੇ ਵਿੱਚ ਆ ਜਾਂਦੀਆਂ ਨੇ ਜਦੋਂ ਗਰੁੱਪ ਦੇ ਵਿੱਚ ਕੰਮ ਕਰਦੇ ਆ ਇਹ ਕਲਾਸ ਰੈਗੂਲਰ ਹੋਊਗੀ ਹਾਂਜੀ ਸ਼ੈਲਜਾ ਕੰਵੋਜ ਇਹ ਕਲਾਸੇਜ਼ ਹੁੰਦੇ ਆ ਜਿਹੜੀ ਆਪਣੇ ਰੈਗੂਲਰ ਹੀ ਹੁੰਦੀਆਂ ਨੇ ਵੈਰੀ ਗੁੱਡ ਮਾਰਨਿੰਗ ਜੀ ਗੇਮਰ 4/4 ਰੈਗੂਲਰ ਹੀ ਹੋਣਗੇ ਆਪਣੀ ਕਲਾਸੇਜ਼ ਟਾਈਮ ਜਿਹੜਾ ਹੈਗਾ ਥੋੜਾ ਚੇਂਜ ਹੋਇਆ ਪਹਿਲਾਂ ਆਪਣਾ ਟਾਈਮ ਜਿਹੜਾ ਇਹਦਾ ਤਾ ਹੁਣ ਜਿਹੜਾ ਹੈਗਾ ਟਾਈਮਿੰਗ ਆਪਣੀ ਥੋੜੀ ਜੀ ਸਾਢੇ 9 ਆ ਗਈ ਕਿਉਂਕਿ ਆਪਣੀ ਕਲਾਸ ਉਧਰ ਚਲੀ ਗਈ ਹੈ ਉਹ ਵਾਲੀ ਓਕੇ ਨੈਕਸਟ ਵੇਖੋ ਕੋਲਾਬੋਰੇਸ਼ਨ ਕ੍ਰਿਟੀਕਲ ਥਿੰਕਿੰਗ ਐਂਡ ਪ੍ਰੋਬਲਮ ਸੋਲਵਿੰਗ ਜਿਹੜਾ ਗਰੁੱਪ ਦੇ ਵਿੱਚ ਪ੍ਰੋਜੈਕਟ ਵਰਕ ਕਰਨਾ ਦਿੱਤਾ ਜਾਂਦਾ ਉਹਦੇ ਨਾਲ ਕੀ ਹੁੰਦਾ ਕੋਲਾਬੋਰੇਟ ਕਰਨਾ ਸਿੱਖ ਜਾਂਦੇ ਨੇ ਬੱਚੇ ਆਪਸ ਦੇ ਵਿੱਚ ਥਿੰਕਿੰਗ ਜਿਹੜੀ ਉਹਨਾਂ ਦੀ ਕ੍ਰਿਟੀਕਲ ਹੋ ਜਾਂਦੀ ਹੈ ਤੇ ਪ੍ਰੋਬਲਮਸ ਨੂੰ ਸੋਲਵ ਕਰਨਾ ਸਿੱਖਦੇ ਨੇ ਜਾਂ ਫਿਰ ਥਰਡ ਆਪਸ਼ਨ ਕਹਿੰਦੀ ਹੈ ਕੰਪੀਟੀਸ਼ਨ ਅਮੰਗ ਲਰਨਰਸ ਟੂ ਐਕਸਲ ਇਨ ਅਕੈਡਮੀਆਂ ਅਕੈਡਮੀਆਂ ਦੇ ਵਿੱਚ ਆਪਣੇ ਆਪ ਨੂੰ ਵਧੀਆ ਆਪਣੇ ਆਪ ਨੂੰ ਵਧੀਆ ਮਤਲਬ ਕਿ ਇੰਪਰੂਵ ਕਰਨ ਦੇ ਲਈ ਕੀ ਹੈਗਾ ਉਹਨਾਂ ਦੇ ਵਿੱਚ ਕੀ ਕਰਵਾਇਆ ਜਾਂਦਾ ਕੰਪੀਟੀਸ਼ਨ ਕਰਵਾਇਆ ਜਾਂਦਾ ਬੱਚਿਆਂ ਦਾ ਆਪਸ ਵਿੱਚ ਜਾਂ ਫਿਰ ਗੁੱਡ ਮੈਮਰੀ ਇਨ ਦਾ ਯੰਗ ਲਰਨਰਸ ਛੋਟੇ ਬੱਚਿਆਂ ਦੇ ਵਿੱਚ ਚੰਗੀ ਮੈਮਰੀ ਨੂੰ ਡਵੈਲਪ ਕਰਨ ਦੇ ਲਈ ਜਿਹੜੇ ਪ੍ਰੋਜੈਕਟ ਵਰਕ ਦਿੱਤੇ ਜਾਂਦੇ ਨੇ ਹਾਂਜੀ ਠੀਕ ਹੈ ਤੁਸੀਂ ਨੇ ਹਾਂ ਬਾਕੀ ਸਬਜੈਕਟਸ ਦੀਆਂ ਕੀ ਕਹਿ ਰਹੇ ਹੋ ਬਈ ਸਮਝ ਨਹੀਂ ਲੱਗਿਆ ਹਾਂਜੀ অপਸ਼ਨ ਬੀ ਨਾਲ ਜਾ ਰਹੇ ਹਾਂ ਬਿਲਕੁਲ ਸਹੀ ਹੈ ਸਾਰੇ ਜਣੇ ਕੋਲੈਬੋਰੇਸ਼ਨ ਸਿੱਖਦੇ ਨੇ ਬੱਚੇ ਉਹਨਾਂ ਦੇ ਵਿੱਚ ਕ੍ਰਿਟੀਕਲ ਥਿੰਕਿੰਗ ਆਉਂਦੀ ਹੈ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰਦੇ ਨੇ ਤੇ ਪ੍ਰੋਬਲਮ ਨੂੰ ਜਿਹੜਾ ਹੈਗਾ ਸੋਲਵ ਕਰਦੇ ਨੇ ਹਨਾ ਸਹੀ ਹੈ ਬਈ ਠੀਕ ਹੈ ਸਾਰਿਆਂ ਦਾ ਬੀ অপਸ਼ਨ ਹੀ ਆਈ ਸੀ ਨੈਕਸਟ ਹੈ ਟੀਚਰਸ ਡੂ ਨਾਟ ਗਿਵ ਦ ਮੀਨਿੰਗ ਆਫ ਨਿਊ ਵਰਡਸ ਟੂ ਲਰਨਰਸ ਡਾਇਰੈਕਟਲੀ ਬਿਕੋਜ਼ ਜਿਹੜੇ ਟੀਚਰਸ ਕਹਿੰਦੇ ਬੱਚਿਆਂ ਨੂੰ ਜਦੋਂ ਵੀ ਕੋਈ ਉਹਨਾਂ ਨੂੰ ਟੌਪਿਕ ਪੜ੍ਹਾ ਰਹੇ ਨੇ ਤਾਂ ਉਹਦੇ ਵਿੱਚ ਕੋਈ ਵੀ ਨਿਊ ਵਰਡਸ ਆ ਜਾਂਦੇ ਨੇ ਤਾਂ ਡਾਇਰੈਕਟਲੀ ਉਹਨਾਂ ਨੂੰ ਉਹਨਾਂ ਦੇ ਮੀਨਿੰਗ ਜਿਹੜੇ ਹੈਗੇ ਨਹੀਂ ਦੱਸਦੇ ਹੈਗੇ ਟੀਚਰ ਕਿਉਂ ਨਹੀਂ ਦੱਸਦੇ ਕਿਉਂਕਿ ਲਰਨਰਸ ਡੂ ਨਾਟ ਲਾਈਕ ਟੂ ਬੀ ਗਿਵਨ ਦਾ ਮੀਨਿੰਗ ਆਫ ਵਰਡਸ ਕਹਿੰਦੇ ਬੱਚਿਆਂ ਨੂੰ ਨਹੀਂ ਪਸੰਦ ਆਏਗਾ ਸਾਨੂੰ ਮੀਨਿੰਗ ਦੱਸ ਦੋ ਸ਼ਬਦਾਂ ਦੇ ਹਨਾ ਕਹਿੰਦੇ ਬੱਚੇ ਪਸੰਦ ਨਹੀਂ ਕਰਦੇ ਹੈਗੇ ਵੀ ਉਹਨਾਂ ਨੂੰ ਸ਼ਬਦਾਂ ਦੇ ਮੀਨਿੰਗ ਦੱਸੇ ਜਾਣ ਪਸੰਦ ਤਾਂ ਕਿਉਂ ਨਹੀਂ ਕਰਨਗੇ ਇਟ ਪ੍ਰੀਵੈਂਟਸ ਲਰਨਰਸ ਫਰਮ ਡਿਸਕਵਰਿੰਗ ਦਾ ਮੀਨਿੰਗ ਥਰੂ ਜਜ਼ਲਿੰਗ ਆਊਟ ਯੂਜ਼ਿੰਗ ਕਲੂਜ਼ ਇੱਕ ਹੀ ਕਰਦਾ ਕਹਿੰਦੇ ਜੇ ਬੱਚਿਆਂ ਨੂੰ ਡਾਇਰੈਕਟ ਪਹਿਲਾਂ ਹੀ ਮੀਨਿੰਗ ਦੱਸ ਦਿੱਤੇ ਜਾਂਦੇ ਨੇ ਤਾਂ ਉਹ ਹੁੰਦਾ ਕੀ ਹੈਗਾ ਉਹਦੇ ਨਾਲ ਜਦੋਂ ਬੱਚੇ ਨੂੰ ਕਿੱਥੇ ਤਾਂ ਇੱਕ ਕਲੂ ਦੇ ਦੇਣਾ ਉਹਦੇ ਥਰੂ ਜਾ ਕੇ ਬੱਚੇ ਨੇ ਆਪਣੇ ਆਪ ਮੀਨਿੰਗ ਫਾਈਂਡ ਕਰਨਾ ਤੇ ਕਿੱਥੇ ਜੇ ਅਸੀਂ ਕੀ ਕਰਦੇ ਆਂਗੇ ਮਤਲਬ ਕਿ ਬੱਚੇ ਨੂੰ ਪਹਿਲੇ ਹੀ ਮੀਨਿੰਗ ਦੱਸਤਾ ਤਾਂ ਬੱਚਾ ਆਪਣਾ ਦਿਮਾਗ ਹੀ ਨਹੀਂ ਲਾਊਗਾ ਹਨਾ ਲਰਨਰਸ ਆਲਰੇਡੀ ਨੋ ਦਾ ਮੀਨਿੰਗ ਆਫ ਦਾ ਨਿਊ ਵਰਡਸ ਜਿਹੜੇ ਕਹਿੰਦੇ ਉਹ ਵਰਡਸ ਜਿਹੜੇ ਹੁੰਦੇ ਨੇ ਤਾਂ ਉਹਨਾਂ ਦਾ ਕੀ ਕਰ ਲੈਂਦੇ ਨੇ ਕਹਿੰਦੇ ਬੱਚੇ ਆਪਣੇ ਆਪ ਹੀ ਮੀਨਿੰਗ ਜਾਣਦੇ ਹੁੰਦੇ ਨੇਗੇ ਯਾ ਫਿਰ ਲਾਸਟ ਆਪਸ਼ਨ ਦੇਖ ਦ ਵੋਕੈਬਲਰੀ ਵਿਲ ਨਾਟ ਬੀ ਐਨਰਿਚਡ ਬੱਚਿਆਂ ਦੀ ਜਿਹੜੀ ਵੋਕੈਬਲਰੀ ਹੈਗੀ ਉਹਨੂੰ ਕੀ ਆ ਵਧਾਇਆ ਨਹੀਂ ਜਾਵੇਗਾ ਉਹਨੂੰ ਐਨਰਿਚ ਨਹੀਂ ਕੀਤਾ ਜਾਵੇਗਾ ਹਾਂਜੀ ਕੀ ਆਪਸ਼ਨ ਲਗਾ ਰਹੇ ਹੋ ਪੀਡੀਐਫ ਵੀ ਪ੍ਰੋਵਾਈਡ ਕਰਵਾ ਦਿਆ ਕਰੋ ਜੀ ਓਕੇ ਜੀ ਓਕੇ ਅੱਜ ਦਾ ਬਾਕੀ ਸਬਜੈਕਟਸ ਦਾ ਨਹੀਂ ਮੈਂ ਕਹਿ ਸਕਦੀ ਹੈਗੀ ਆਪਣਾ ਜਿਹੜਾ ਹੈਗਾ ਕੰਟੀਨਿਊ ਸਾਰੇ ਚੱਲਣਗੇ ਸਬਜੈਕਟ ਜਿਹੜੇ ਜੋ ਵੀ ਤੁਹਾਡੀਆਂ ਕਲਾਸਿਸ ਲੱਗ ਰਹੀਆਂ ਨੇ YouTube ਤੇ ਤਾਂ YouTube ਤੇ ਚਲਾਈਆਂ ਕਿਉਂ ਨੇ ਕੰਟੀਨਿਊ ਰੱਖਣ ਖਾਤਰ ਹੀ ਚਲਾਈਆਂ ਨੇ ਨਾ ਇਹ ਥੋੜੀ ਜਿਹੀ ਆਪਾਂ 2-4 ਦਿਨ ਲਈ ਚਲਾ ਰਹੇ ਆਂਗੇ ਤਾਂ ਇੱਕ ਕੋਰਸ ਤੁਹਾਡਾ ਜਿਹੜਾ ਸ਼ੁਰੂ ਕੀਤਾਗਾ ਉਹ ਐਗਜ਼ਾਮ ਡੇਟ ਤੱਕ ਹੀ ਚੱਲੂਗਾ ਨਾ ਤੁਹਾਡਾ ਇਹਦੇ ਕੋਈ ਚੱਕਰ ਨਹੀਂ ਹੈਗਾ ਜੀ ਹੈਨਾ ਹਾਂਜੀ ਬੀ ਆਪਸ਼ਨ ਲਗਾ ਰਹੇ ਹਾਂ ਬਿਲਕੁਲ ਠੀਕ ਹੈ ਕਹਿੰਦੇ ਇਹ ਕੀ ਕਰਦਾਗਾ ਜਦੋਂ ਬੱਚਿਆਂ ਨੂੰ ਕਿੱਥੇ ਤਾਂ ਅਸੀਂ ਸਿੱਧਾ मीनिंग ਦੱਸਤਾ ਕਿੱਥੇ ਉਸ मीनिंग ਦਾ ਕੋਈ ਕਲੂ ਦਿੱਤਾ ਨਾਲ ਮਿਲਦਾ ਲਵੀ ਇਹ ਐਵੇਂ ਜੇ ਹੁੰਦੀ ਇਹ ਚੀਜ਼ ਐਵੇਂ ਜੇ ਹੁੰਦੀ ਤਾਂ ਬੱਚਾ ਕੀ ਉਹਦਾ मीनिंग ਆਪਣੇ ਆਪ ਕੱਢੇਗਾ ਹੈਨਾ ਆਪਣੇ ਆਪ ਸੋਚੇਗਾ ਦਿਮਾਗ ਲਗਾਏਗਾ ਨੈਕਸਟ ਦੇਖੋ ਜੇ when young learners seem to lose interest in lesson the teacher should ਜਦੋਂ ਛੋਟੇ ਵਿੱਚ ਕੀ ਹੁੰਦੇ ਨੇ ਇਹ ਲੱਗਦਾ ਹੋਵੇ ਕਿ ਉਹ ਲੈਸਨ ਜੋ ਪੜਾਇਆ ਜਾ ਰਿਹਾ ਉਹਨੂੰ ਉਹਦੇ ਵਿੱਚ ਉਹ ਇੰਟਰਸਟ ਜਿਹੜਾ ਹੈਗਾ ਗਵਾ ਚੁੱਕੇ ਨੇ ਗਵਾंदे ਜਾ ਰਹੇ ਨੇ ਤਾਂ ਟੀਚਰ ਨੂੰ ਕੀ ਕਰਨਾ ਚਾਹੀਦਾ tell a story or conduct an interesting activity ਬੱਚਿਆਂ ਨੂੰ ਕੋਈ ਨਾ ਕੋਈ ਸਟੋਰੀ ਸੁਣਾਉਣੀ ਚਾਹੀਦੀ ਹੈ ਵਿਚਾਰ ਦੀ ਜੇ ਬੱਚੇ ਲੈਸਨ پڑھਦੇ-ਪੜਦੇ ਜਿਹੜਾ ਹੈਗਾ ਬੋਰ ਹੋ ਰਹੇ ਨੇ ਤਾਂ ਉਹਨਾਂ ਨੂੰ ਕੋਈ ਸਟੋਰੀ ਸੁਣਾਵੋ ਤੇ ਉਹਨਾਂ ਦਾ ਕੀ ਕਰੋ ਕਹਿੰਦੇ ਜਾਂ ਫਿਰ ਉਹਨਾਂ ਨੂੰ ਕੋਈ ਵੀ ਇੰਟਰਸਟਿੰਗ ਐਕਟੀਵਿਟੀ ਬੱਚਿਆਂ ਨੂੰ ਕਰਵਾਓ ਬਈ ਆਸਕ देम ਟੂ ਸਿਟ ਕੁਆਇਟਲੀ ਫਾਰ ਸਮ ਟਾਈਮ ਕਹਿੰਦੇ ਥੋੜਾ ਜਿਹਾ ਰਹਿ ਗਿਆ ਲੈਸਨ ਭਾਈ ਥੋੜਾ ਜਿਹਾ ਟਾਈਮ ਚੁੱਪ ਕਰਕੇ ਬੈਠ ਜਾਓ ਬੱਚਿਆਂ ਨੂੰ ਕੀ ਕਹਿਣਾਗਾ ਚੁੱਪ ਕਰਕੇ ਬੈਠਣ ਲਈ ਕਹਿਣਾ ਵੀ ਥੋੜੇ ਜਿਹੇ ਟਾਈਮ ਲਈ ਚੁੱਪ ਕਰਕੇ ਬੈਠ ਜਾਓ ਕਿਉਂਕਿ ਥੋੜਾ ਜਿਹਾ ਰਹਿ ਗਿਆ ਮੰਨ ਲਓ ਵੀ ਜਿਵੇਂ ਆਪਾਂ ਕਹਿੰ ਹਾਂ ਕਹਤਾ ਟੀਚਰ ਨੇ ਯਾ ਅਲਾਉ them to go out and play ਬੱਚਾ ਨੂੰ ਕੀ ਕਹਣਾਗਾ ਵੀ ਚਲੋ ਨਹੀਂ ਇੰਟਰਸਟ ਹੈਗਾ ਪੜ੍ਹਨਾ ਨਹੀਂ ਚਲੋ ਬਾਹਰ ਜਾਓ ਖੇਡੋ ਠੀਕ ਹੈ ਜਾਂ ਫਿਰ ਆਸਕ them to sleep for a while ਕਹਿੰਦੇ ਕੁਝ ਕੁ ਸਮੇਂ ਲਈ ਸੌਂ ਜੋ ਕਲਾਸ ਦੇ ਵਿੱਚ ਇੰਟਰਸਟ ਨਹੀਂ ਬਣ ਰਿਹਾ ਕਿਤਾਬਾਂ ਕਰੋ ਬੰਦ ਤੇ ਚੁੱਪ ਕਰਕੇ ਬੈਂਚਾਂ ਤੇ ਸੌਂ ਜੋ ਕਹਿੰਦੇ ਹੈਨਾ ਇਹ ਕਹਿ ਦੇਣਗੇ ਟੀਚਰ ਹਾਂਜੀ ਕੀ ਕਹਣਗੇ ਦੱਸੋ ਵੀ ਆਪਸ਼ਨ ਏ ਲਗਾ ਰਹੇ ਹਾਂ ਬੀ ਸ਼ੈਲਜਾ ਕੰਬੂਸ ਗਗਨਦੀਪ ਸੰਗੀਤਾ ਗੇਮਰ 4/4 ਗਰੋਪ এডਿਊਕੇਸ਼ਨ ਏ ਬੀ ਆਪਸ਼ਨ ਲਗਾਈ ਆ ਇਹ ਨਹੀਂ ਪਤਾ ਕਿ ਤੁਸੀਂ ਲਾਸਟ ਵਾਲੇ ਦੀ ਲਗਾਈ ਆ ਜਾਂ ਇਹਦੀ ਅੱਛਾ ਏ ਆਪਸ਼ਨ ਆ ਗਈ ਤੁਹਾਡੀ ਠੀਕ ਹੈ ਜੀ ਹਾਂਜੀ ਕੀ ਲਗਾ ਰਹੇ ਹੋ ਅਨਸਰ ਗੇਮਰ 4/4 ਬੀ ਤੇ ਖੜੇ ਹੋ ਕਹਿੰਦੇ ਵੀ ਥੋੜਾ ਜਿਹਾ ਟਾਈਮ ਚੁੱਪ ਕਰਕੇ ਬਹਿ ਜਾਓ ਜਿੰਨਾ ਕ ਲੈਸਨ ਰਹਿ ਗਿਆ ਇਹ ਪੜਾ ਦਈਏ ਇੰਟਰਸਟ ਹੋਵੇ ਨਾ ਹੋਵੇ ਵੀ ਅਸ ਚੁੱਪ ਕਰਕੇ ਬੈਠੇ ਰਹੋ ਇਹ ਨਹੀਂ ਹੋ ਸਕਦਾ ਹਨਾ ਕਿਉਂਕਿ ਗੱਲ ਇੱਥੇ ਆਪਾਂ ਯੰਗ ਲਰਨਰਸ ਦੀ ਕਰ ਰਹੇ ਹਾਂ ਛੋਟੇ ਬੱਚਿਆਂ ਦੀ ਗੱਲ ਕਰ ਰਹੇ ਹਾਂ ਜਦੋਂ ਛੋਟੇ ਬੱਚੇ ਹੁੰਦੇ ਨੇਗੇ ਇਹ ਨਹੀਂ ਹੈਗਾ ਕਿ ਆਪਾਂ ਉਹਨਾਂ ਨੂੰ ਮਤਲਬ ਕਿ ਜੇ ਉਹਨਾਂ ਨੂੰ ਕਿਸੇ ਐਕਟੀਵਿਟੀ ਦੇ ਵਿੱਚ ਇਨਵੋਲ ਕਰਾਂਗੇ ਐਕਟੀਵਿਟੀ ਦੇ ਵਿੱਚ ਕਿਸੇ ਵਿੱਚ ਵੀ ਆਪਾਂ ਅਗਰ ਉਹਨਾਂ ਨੂੰ ਇਨਵੋਲ ਕਰ ਰਹੇ ਹਾਂ ਤਾਂ ਉਹਨਾਂ ਦਾ ਇੰਟਰਸਟ ਦੁਆਰਾ ਕ੍ਰੀਏਟ ਕਰ ਸਕਦੇ ਹਾਂ ਜੇ ਕਹਤਾ ਹੈ ਨਾ ਵੀ ਕੋਈ ਗੱਲ ਨਹੀਂ ਥੋੜਾ ਜਿਆ ਰਹਿਦਾਗਾ ਚੁੱਪ ਕਰਕੇ ਬੈਠੋ ਚੁੱਪ ਕਰਕੇ ਬੈਠੋ ਤਾਂ ਬੱਚਾ ਜਿਆਦਾ ਦੇਰ ਤੱਕ ਨਹੀਂ ਇਦਾਂ ਕਰ ਸਕਦਾ ਹੈਗਾਗਾ ਓਕੇ ਹਾਂਜੀ ਇਹ ਹੀ ਆਏਗਾ ਠੀਕ ਹੈ ਜੀ ਏ অপਸ਼ਨ ਓਕੇ ਬਈ ਚਲੋ ਕੋਈ ਨਾ ਫਿਰ ਮੈਨੂੰ ਨਹੀਂ ਦਿਖਿਆ ਹੋਣਾ ਅੱਗੇ ਦੇਖੋ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ ਇਹਨਾਂ ਦੇ ਵਿੱਚੋਂ ਦੇਖਣਾ ਚਾਰੋਂ ਸਟੇਟਮੈਂਟਸ ਦੇ ਵਿੱਚੋਂ ਕਿਹੜੀ ਸਹੀ ਹੈਗੀ ਸਟੇਟਮੈਂਟ ਓਕੇ ਜੀ ਹਾਂਜੀ ਕਿਹੜੀ ਸਟੇਟਮੈਂਟ ਜਿਹੜੀ ਆਪਣੀ ਸਹੀ ਹੈ ਆਲ ਫਾਰਮੇਟਿਵ ਟਾਸਕਸ ਆਰ ਮਿੰਟ ਫਾਰ ਅਸੈਸਮੈਂਟ ਜਿਹੜੇ ਸਾਰੇ ਵੀ ਫਾਰਮੇਟਿਵ ਟਾਸਕਸ ਹੁੰਦੇ ਨੇਗੇ ਫਾਰਮੇਟਿਵ ਅਸੈਸਮੈਂਟ ਕਿਹੜੀ ਹੁੰਦੀ ਹੈਗੀ ਹੈ ਨਾ ਜਿਹੜੀ ਸਾਡੀ ਟਾਈਮ ਟਾਈਮ ਤੇ ਜਿਵੇਂ ਟੈਸਟ ਲੈ ਲੇ ਕੋਈ ਆਪਾਂ ਨੂੰ ਕੋਈ ਪ੍ਰੋਜੈਕਟ ਦੇਤਾ ਹੈ ਨਾ ਟਾਈਮ ਟੂ ਟਾਈਮ ਆਪਾਂ ਨੂੰ ਜਿਹੜੇ ਮਿਲ ਜਾਂਦੀ ਰਹਿੰਦੀ ਨੇਗੀਆਂ ਐਕਟੀਵਿਟੀਆਂ ਕਰਨ ਦੇ ਲਈ ਤਾਂ ਉਹਦੇ ਵਿੱਚ ਕੀ ਹੁੰਦਾ ਕਹਿੰਦੇ ਇਹ ਸਾਰੇ ਜਿਹੜੇ ਵੀ ਫਾਰਮੇਟਿਵ ਟਾਸਕ ਸਾਨੂੰ ਦਿੱਤੇ ਜਾਂਦੇ ਨੇ ਇਹ ਸਾਰੇ ਕੀ ਹੁੰਦੇ ਨੇ ਸਾਰੇ ਅੰਕਲਨ ਦੇ ਲਈ ਹੀ ਹੁੰਦੇ ਨੇ ਜੇ ਸਿਰਫ ਤੇ ਸਿਰਫ ਇਹ ਅਸੈਸਮੈਂਟ ਦੇ ਲਈ ਹੁੰਦੇ ਨੇ ਆਪਾਂ ਦੇਖਣਾ ਕੀ ਹੈ ਧਿਆਨ ਰੱਖਿਓ ਆਪਾਂ ਟਰੂ ਦੇਖਣਾ ਇਹਨਾਂ ਦੇ ਵਿੱਚੋਂ formative assessment to be effective must be conducted only after teaching a lesson ਕਹਿੰਦੇ ਜਿਹੜੀ ਫਾਰਮੇਟਿਵ ਅਸੈਸਮੈਂਟ ਹੁੰਦੀ ਹੈਗੀ ਸਾਡੀ ਉਹ ਕੀ ਉਹਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਕੀ ਹੋਣਾ ਚਾਹੀਦਾਗਾ ਸਿਰਫ ਸਿਰਫ ਇੱਕ ਲੈਸਨ ਜਦੋਂ ਟੀਚ ਕਰਵਾਤਾ ਬੱਚੇ ਨੂੰ ਸਿਰਫ ਇੱਕੋ ਲੈਸਨ ਟੀਚ ਕਰਵਾਤਾ ਨਾਲ ਦੀ ਨਾਲ ਜਿਹੜੀ ਉਹਨਾਂ ਦੀ ਅਸੈਸਮੈਂਟ ਬੱਚੇ ਦੀ ਕਰੀ ਜਾਣੀ ਚਾਹੀਦੀ ਆ while all formative tasks are meant for improving teaching and learning some are used for assessment too ਜਦੋਂ ਕਹਿੰਦੇ ਸਾਰੇ ਜਿਹੜੇ ਫਾਰਮੇਟਿਵ ਟਾਸਕਸ ਹੁੰਦੇ ਨੇ ਟੀਚਿੰਗ ਲਰਨਿੰਗ ਨੂੰ ਇੰਪਰੂਵ ਕਰਨ ਦੇ ਲਈ ਜੀ ਬਣਾਏ ਜਾਂਦੇ ਨੇ ਫਾਰਮੇਟਿਵ ਅਸੈਸਮੈਂਟ ਹੁੰਦੀ ਹੈ ਨਾ ਜਿਹੜੀ ਟਾਈਮ ਟੂ ਟਾਈਮ ਆਪਣੀ ਅਸੈਸਮੈਂਟ ਲਈ ਜਾਂਦੀ ਹੁੰਦੀ ਹੈ ਜਿਸ ਤਰ੍ਹਾਂ ਨਾਲ ਕੋਈ ਟੈਸਟ ਜਿਸ ਤਰ੍ਹਾਂ ਨਾਲ ਆਪਣੇ ਚੱਲਦੇ ਨੇ ਨਾ ਮੰਥਲੀ ਟੈਸਟ ਚੱਲਦੇ ਨੇ ਤਾਂ ਉਹ ਕੀ ਹੁੰਦੇ ਨੇ ਆਪਣੇ ਫਾਰਮੇਟਿਵ ਅਸੈਸਮੈਂਟ ਦੇ ਵਿੱਚ ਆ ਜਾਂਦੇ ਨੇਗੇ ਓਕੇ ਤਾਂ ਕਹਿੰਦੇ ਜਿਹੜੇ ਇਹ ਸਾਰੇ ਹੁੰਦੇ ਨੇ ਇਹ ਕਿਸ ਚੀਜ਼ ਲਈ ਹੁੰਦੇ ਨੇ ਟੀਚਿੰਗ ਲਰਨਿੰਗ ਇੰਪਰੂਵ ਕਰਨ ਦੇ ਲਈ ਹੁੰਦੇ ਨੇ ਤੇ ਕੁਝ ਕਿ ਇਹਨਾਂ ਦੇ ਵਿੱਚੋਂ ਯੂਜ਼ ਕੀਤੇ ਜਾਂਦੇ ਨੇ ਅਸੈਸਮੈਂਟ ਲਈ ਵੀ ਯੂਜ਼ ਕੀਤੇ ਜਾਂਦੇ ਨੇ ਯਾ ਫਿਰ ਲਾਸਟ ਆਈ ਅਸਾ ਫਾਰਮੇਟਿਵ ਅਸੈਸਮੈਂਟ ਹੈਲਪਸ us to grade students into good average and poor ਇਹ ਕਦੇ ਵੀ ਨਹੀਂ ਕਰਨਾ ਹੈਗਾ ਟੀਚਰ ਵੱਲੋਂ ਕਿ ਇਹ ਬੱਚੇ ਹਨ ਜਿਸ ਤਰ੍ਹਾਂ ਨਾਲ ਸਿਰਫ ਤੇ ਸਿਰਫ ਫਾਰਮੇਟਿਵ ਅਸੈਸਮੈਂਟ ਇਸ ਲਈ ਕੀਤੀ ਜਾਂਦੀ ਆ ਕਿ ਬੱਚੇ ਦਾ ਕਿਹੜੇ ਗੁੱਡ ਨੇ ਕਿਹੜੇ ਐਵਰੇਜ ਨੇ ਕਿਹੜੇ ਪੂਅਰ ਨੇ ਬਿਲਕੁਲ ਸਹੀ ਜਾ ਰਹੇ ਹੋ ਹਾਂਜੀ ਸੀ ਆਪਸ਼ਨ ਆਏਗਾ ਦਾ ਤੇ ਜਿਹੜੀ ਫਾਰਮੇਟਿਵ ਟਾਸਕਸ ਹੁੰਦੇ ਨੇ ਟੀਚਿੰਗ ਲਰਨਿੰਗ ਦੇ ਨਾਲ ਦੀ ਨਾਲ ਕੀਏ ਗਏ ਇਹਨਾਂ ਵਿੱਚੋਂ ਕੁਝ ਕੀਏ ਨੇ ਅਸੈਸਮੈਂਟ ਲਈ ਵੀ ਯੂਜ਼ ਕੀਤੇ ਜਾਂਦੇ ਨੇ ਹਾਂਜੀ ਠੀਕ ਹੈ ਵੀ ਬਿਲਕੁਲ ਓਕੇ ਵੀਰ ਅਗਲਾ ਕਵਸਚਨ ਦੇਖਦੇ ਹਾਂ ਪ੍ਰੀ ਰੀਡਿੰਗ ਟਾਸਕਸ ਆਰ ਮੈਂਟ ਫਾਰ ਜਿਹੜੇ ਪ੍ਰੀ ਰੀਡਿੰਗ ਟਾਸਕਸ ਹੁੰਦੇ ਨੇਗੇ ਨਾ ਤਾਂ ਉਹ ਕਿਸ ਚੀਜ਼ ਦੇ ਲਈ ਹੁੰਦੇ ਨੇਗੇ ਪ੍ਰੀ ਰੀਡਿੰਗ ਟਾਸਕ ਹੁੰਦੇ ਨੇ ਜਿਹੜੇ ਸਾਡੇ ਦੇਖੋ ਜੀ ਐਕਟੀਸਟ ਗ੍ਰਾਮੈਟੀਕਲ ਆਈਟਮਸ ਯੂਸਡ ਇਨ ਦਾ ਰੀਡਿੰਗ ਟੈਕਸਟ ਜਿਹੜੇ ਕਹਿੰਦੇ ਗ੍ਰਾਮੈਟੀਕਲ ਆਈਟਮਸ ਹੁੰਦੀਆਂ ਨੇ ਜਸਟ ਉਹਨਾਂ ਨੂੰ ਐਕਸਪਲੇਨ ਕਰਨ ਦੇ ਲਈ ਜਦੋਂ ਅਸੀਂ ਟੈਕਸਟ ਨੂੰ ਰੀਡ ਕਰ ਰਹੇ ਹਾਂਗੇ ਤਾਂ ਰੀਡ ਕਰਨ ਤੋਂ ਪਹਿਲਾਂ ਦੀ ਗੱਲ ਹੈ ਪ੍ਰੀ ਰੀਡਿੰਗ ਹੈ ਨਾ ਪੂਰਵ ਪਠਨ ਦੀ ਗੱਲ ਕੀਤੀ ਜਾ ਰਹੀ ਹੈ ਇਹਦੇ ਵਿੱਚ ਵੋਇਸ ਦੀ ਪ੍ਰੋਬਲਮ ਆ ਰਹੀ ਹੈ ਵੀ ਘਟਾਰੀ ਆਵਾਜ਼ ਦਾ ਕਿਦਾਂਗੀ ਵੀ ਬਾਕੀ ਵੀ ਦੱਸੋ ਸਾਰਿਆਂ ਨੂੰ ਕਿਦਾਂ ਆਵਾਜ਼ ਚੈੱਕ ਕਰੋ ਸਾਰੇ ਇਹਨਾਂ ਪਹਿਲਾਂ ਆਵਾਜ਼ ਚੈੱਕ ਕਰੋ ਵੀ ਇੱਕ ਮਿੰਟ ਪਹਿਲਾਂ ਸਾਰੇ ਆਨਸਰ ਦੇਖਦੇ ਆ ਕੋਈ ਗੱਲ ਨਹੀਂ ਫਿਰ ਆਪਾਂ ਪਹਿਲਾਂ ਆਵਾਜ਼ ਚੈੱਕ ਕਰ ਲਓ ਇੱਕ ਵਾਰ ਸ਼ੰਕਾਰ ਆ ਰਹੀ ਹੈ ਜੀ। ਉਪ ਅੱਤਵੇ ਸਾਰਾ ਸਿਸਟਮ ਠੀਕ ਹੈ ਜੇ ਸ਼ੰਕਾਰ ਵਾਲਾ ਕੋਈ ਚੱਕਰ ਨਹੀਂ ਹੈਗਾਗਾ। ਕੱਲ ਤਾਂ ਐਗਜ਼ੌਸਟ ਲੱਗਿਆ ਰਹਿ ਗਿਆ ਸੀ ਤਾਂ ਕਰਕੇ ਸੀ। ਤੁਸੀਂ ਇੱਕ ਵਾਰ ਮੈਨੂੰ ਲਗਾ ਫੋਨ ਚੈੱਕ ਕਰਵਾ ਲਓ ਵੀ। ਕਿਤੇ ਤੁਹਾਡੇ ਫੋਨ 'ਚ ਹੀ ਨਾ ਸ਼ੰਕਾਰ ਹੋਵੇ ਹਨਾ। ਦੇਖ ਲਓ ਠੀਕ ਆ ਰਹੀ ਹੈ ਆਵਾਜ਼ ਬਾਕੀਆਂ ਨੂੰ ਇੱਕ ਵਾਰ ਚੈੱਕ ਕਰ ਲਓ ਤੁਸੀਂ ਵੀ। ਹਾਂਜੀ ਪ੍ਰੀ ਰੀਡਿੰਗ ਜਿਹੜੇ ਟਾਸਕ ਹੁੰਦੇ ਨੇ ਕਹਿੰਦੇ ਇਹ ਕੀ ਕਹਿੰਦੇ ਨੇਗੇ ਵੀ ਜਿਹੜੀਆਂ ਜੋ ਵੀ ਅਸੀਂ ਟੈਕਸਟ ਨੂੰ ਰੀਡ ਕਰਨਾ ਉਹਦੇ ਵਿੱਚ ਜਿਹੜੇ ਵੀ ਗ੍ਰਾਮੈਟੀਕਲ ਆਈਟਮਸ ਹੁੰਦੀਆਂ ਨੇ ਉਹਨਾਂ ਨੂੰ ਐਕਸਪਲੇਨ ਕਰਨ ਦੇ ਲਈ ਯੂਜ਼ ਕੀਤੇ ਜਾਂਦੇ ਨੇ ਓਕੇ ਨੈਕਸਟ ਹੈ ਜੀ ਹਾਂਜੀ ਹਾਂਜੀ ਐਨ ਨਿਕਾਦੀ ਕਾਲੀ ਹੋ ਗਈ ਬਈ ਈਵੈਲਿਊਏਟਿੰਗ ਦਾ ਰੀਡਿੰਗ ਸਕਿੱਲ ਆਫ ਦਾ ਲਰਨਰਸ ਬੱਚਿਆਂ ਦੀ ਜਿਹੜੀ ਹੈਗੀ ਰੀਡਿੰਗ ਸਕਿੱਲ ਆ ਉਸ ਚੀਜ਼ ਨੂੰ ਈਵੈਲਿਊਏਟ ਕਰਨ ਦੇ ਲਈ ਬੱਚਿਆਂ ਦੀ ਕੀ ਕੀਤਾ ਜਾਂਦਾ ਹੈਗਾ ਜੀ ਜਿਹੜਾ ਹੈਗਾ ਇਵੈਲਿਊਏਟ ਕਰਨ ਦੇ ਲਈ ਕਿਤੇ ਜਾਂਦੇ ਨੇ ਪ੍ਰੀ ਰੀਡਿੰਗ ਕਹਿੰਦੇ ਨੈਕਸਟ ਹੈ ਗਿਵਿੰਗ ਦਾ ਮੀਨਿੰਗਸ ਆਫ ਡਿਫਿਕਲਟ ਵਰਡਸ ਐਂਡ ਫਰੇਜ਼ਸ ਇਹ ਪ੍ਰੀ ਰੀਡਿੰਗ ਕੀ ਹੁੰਦਾ ਇਹਦੇ ਵਿੱਚ ਬੱਚਾ ਨੂੰ ਜਿਹੜੇ ਵੀ ਡਿਫਿਕਲਟ ਵਰਡਸ ਆਉਂਦੇ ਨੇ ਵਾਕਾਂਸ਼ ਆਉਂਦੇ ਨੇ ਤਾਂ ਉਹਨਾਂ ਦੇ ਮੀਨਿੰਗ ਬੱਚਿਆਂ ਨੂੰ ਪਹਿਲਾਂ ਦੱਸ ਦਿੱਤੇ ਜਾਂਦੇ ਨੇ ਜਾਂ ਲਾਸਟ ਆਪਸ਼ਨ ਹੈ ਜੀ ਇੰਟਰੋਡਿਊਸਿੰਗ ਦਾ ਮੇਨ ਆਈਡੀਆ ਮੇਨ ਆਈਡੀਆ ਨਹੀਂ ਆਏਗਾ ਮੇਨ ਆਈਡੀਆ ਆਏਗਾ ਠੀਕ ਹੈ ਇੰਟਰੋਡਿਊਸਿੰਗ ਦਾ ਮੇਨ ਆਈਡੀਆ ਐਂਡ ਮੋਟੀਵੇਟਿੰਗ ਦਾ ਲਰਨਰ ਬੱਚਿਆਂ ਨੂੰ ਮੋਟੀਵੇਟ ਕਰਨ ਦੇ ਲਈ ਉਹਨਾਂ ਨੂੰ ਮੇਨ ਆਈਡੀਆ ਇੰਟਰੋਡਿਊਸ ਕਰਵਾਉਣ ਦੇ ਲਈ ਕੀ ਕੀਤਾ ਜਾਂਦਾ ਜੀ ਪ੍ਰੀ ਰੀਡਿੰਗ ਕੀਤੀ ਜਾਂਦੀ ਹੈ ਹਾਂਜੀ ਗਗਨਦੀਪ ਕੌਰ ਕਹਿੰਦੇ ਜਲਦੀ ਕਰਵਾ ਦਿਓ ਜੀ ਕਲਾਸ ਟਾਈਮ ਪੌਣੇ 10 ਦਾ ਹੈ ਨਾ ਰੋਟੀ ਪਾਣੀ ਛਕ ਲੈ ਕੇ ਬਣਾਉਣਾ ਆ ਜਾ ਬਈ ਕੀ ਉਹਦੀ ਕਾਲੀ ਹੋ ਰਹੀ ਹੋਵੇ ਹਾਂਜੀ ਕੀ ਆਨਸਰ ਲਾ ਰਹੇ ਹੋ ਪ੍ਰੀ ਰੀਡਿੰਗ ਪ੍ਰੀ ਰੀਡਿੰਗ ਟਾਸਕਸ ਜਿਹੜੇ ਹੁੰਦੇ ਨੇ ਬੀ ਆਪਸ਼ਨ ਲਗਾ ਰਹੀ ਆ ਇੱਕ ਕਹਿੰਦੇ ਮੇਨ ਆਈਡੀਆ ਆਪਸ਼ਨ ਆਏਗੀ ਆਪਣੀ ਸੀ ਆਏਗੀ ਭਈ ਇਹਦੀ ਬੀ ਆਪਸ਼ਨ ਨਹੀਂ ਆਏਗੀ ਇਵੈਲਿਊਏਟ ਜਸਟ ਇਹ ਨਹੀਂ ਹੈਗਾ ਕਿ ਰੀਡਿੰਗ ਸਕਿੱਲ ਬੱਚੇ ਨੇ ਜਿਹੜੀ ਆ ਉਹਨੂੰ ਇਵੈਲਿਊਏਟ ਕਰਨਾ ਪ੍ਰੀ ਰੀਡਿੰਗ ਟਾਸਕ ਦੇ ਥਰੂ ਪ੍ਰੀ ਰੀਡਿੰਗ ਕੀ ਹੈਗਾ ਪਹਿਲਾਂ ਮोटा-ਮोटा ਜਿਹੜੇ ਵਿੱਚ ਦੱਸਿਆ ਜਾਂਦਾ ਹੁੰਦਾਗਾ ਹਨਾ ਤਾਂ ਉਹਦੇ ਵਿੱਚ ਹੁੰਦਾਗਾ ਕਿ ਜਿਹੜੇ ਵੀ ਡਿਫਿਕਲਟ ਵਰਡਸ ਹੁੰਦੇ ਨੇ ਫਰੇਜ਼ਸ ਹੁੰਦੇ ਨੇ ਉਹਨਾਂ ਦਾ ਮੀਨਿੰਗ ਬਚਨ ਸਮਝਾ ਦਿੱਤੇ ਜਾਂਦੇ ਨੇ ਖਾਲਿਆ ਜੀ ਓਕੇ ਵੀ ਠੀਕ ਐ ਖਾਪੀ ਕੀ ਬੰਨੇ ਉਹਨੇ ਰੱਜ ਪੁੱਜ ਕੇ ਹੈਨਾ ਸਹੀ ਆ ਵੈਨ ਅ ਟੀਚਰ ਆਸਕਸ ਹਰ ਸਟੂਡੈਂਟਸ ਟੂ ਰਾਈਟ ਅ ਲੈਟਰ ਆਫਟਰ ਹੈਵਿੰਗ ਅ ਗਰੁੱਪ ਡਿਸਕਸ਼ਨ ਸ਼ੀ ਇਜ਼ ਕਹਿੰਦੇ ਕੀ ਕਰਦੇ ਨੇ ਜਦੋਂ ਇੱਕ ਟੀਚਰ ਬੱਚਿਆਂ ਨੂੰ ਕੀ ਕਰਨ ਲਈ ਕਹਿੰਦੇ ਨੇਗੇ ਇੱਕ ਗਰੁੱਪ ਡਿਸਕਸ਼ਨ ਤੋਂ ਬਾਅਦ ਬੱਚਿਆਂ ਨੂੰ ਲੈਟਰ ਲਿਖਣ ਦੇ ਲਈ ਕਹਿੰਦੇ ਨੇ ਤਾਂ ਉਹ ਕੀ ਕਰ ਰਹੀ ਆ ਡਸਟਿੰਗ ਕਰਨੀ ਆ ਫਸਟ ਆਪਸ਼ਨ ਦੇਖੋ ਲਾਈਕਲੀ ਟੂ ਕਨਫਿਊਜ਼ ਸਟੂਡੈਂਟਸ ਬੱਚਿਆਂ ਨੂੰ ਕੀ ਕੀਤਾ ਜਾਂਦਾ ਹੈ ਇਹਦੇ ਥਰੂ ਕੀ ਕਹਿੰਦੇ ਕਨਫਿਊਜ਼ ਕੀਤਾ ਜਾਂਦਾ ਬੱਚਿਆਂ ਨੂੰ ਸਟੂਡੈਂਟਸ ਨੂੰ ਕਹਿੰਦੇ ਕੀ ਹੈਗਾ ਜਦੋਂ ਇੱਕ ਵਾਰ ਉਹਨਾਂ ਨੇ ਜਿਹੜੀ ਗਰੁੱਪ ਡਿਸਕਸ਼ਨ ਕਰ ਚੁੱਕੇ ਨੇ ਉਸ ਤੋਂ ਬਾਅਦ ਉਹਦੇ ਨਾਲ ਸន្ទੋਨਾਂ ਲੈਟਰ ਲਿਖਣਾ ਕਹਿੰਦੇ ਬੱਚੇ ਕਨਫਿਊਜ਼ ਹੋ ਜਾਣਗੇ ਓਕੇ ਨੈਕਸਟ ਹੈ ਅਡਾਪਟਿੰਗ ਦਾ ਡਾਇਰੈਕਟ ਮੈਥਡ ਆਫ ਲੈਂਗੁਏਜ ਟੀਚਿੰਗ ਬੱਚਿਆਂ ਨੂੰ ਲੈਂਗੁਏਜ ਟੀਚ ਕਰਨ ਦਾ ਕਿਹੜਾ ਡਾਇਰੈਕਟ ਮੈਥਡ ਜਿਹੜਾ ਹੈ ਅਪਣਾਇਆ ਜਾ ਰਿਹਾ ਬੱਚਿਆਂ ਲਈ ਲਈ ਇੰਟੀਗ੍ਰੇਟਿੰਗ ਡਿਫਰੈਂਟ ਲੈਂਗੁਏਜ ਸਕਿਲਸ ਜਾਂ ਫਿਰ ਅਲੱਗ-ਅਲੱਗ ਤਰ੍ਹਾਂ ਦੀਆਂ ਕਈ ਸਾਰੀਆਂ ਡਿਫਰੈਂਟ ਇਹ ਲੈਂਗੁਏਜ ਸਕਿਲਸ ਨੇ ਜੀ ਉਹਨਾਂ ਨੂੰ ਇਹ ਜਿਹੜਾ ਹੈ ਇੰਟੀਗ੍ਰੇਟ ਕੀਤਾ ਜਾਂਦਾ ਇੱਕ ਕਰਕੇ ਪੜਾਇਆ ਜਾ ਰਿਹਾ ਜਾਂ ਫਿਰ ਫਾਲੋਇੰਗ ਅ ਟਰੈਡੀਸ਼ਨਲ ਮੈਥਡ ਸਿਰਫ ਤੇ ਸਿਰਫ ਫਾਲੋਇੰਗ ਕਿਸ ਨੂੰ ਫਾਲੋ ਕਰ ਰਹੇ ਨੇ ਉਹ ਟਰੈਡੀਸ਼ਨਲ ਮੈਥਡ ਨੂੰ ਫਾਲੋ ਕਰ ਰਹੇ ਨੇ ਹਾਂਜੀ ਕੀ ਆਨਸਰ ਕਰੋਗੇ ਜੀ ਦੋਸਤੋ ਵੀ ਸਿੰਪਲ ਜਿਹਾ ਸਵਾਲ ਹੈ ਇਹਦੀ ਜਗ੍ਹਾ ਤੇ ਫੋਲੋਇੰਗ ਹੈ ਫੋਲੋਇੰਗ ਨਹੀਂ ਆਊਗਾ ਸੀ ਆਪਸ਼ਨ ਲਗਾਤਾ ਗਰੋਅਪ এডੂਕੇਸ਼ਨ ਨੇ ਛਲ ਜਾ ਕਹਿੰਦੇ ਸੀ ਆਏਗਾ ਓਕੇ ਵੀ ਦੇਖ ਲੈਣੇ ਕੋਈ ਗੱਲ ਨਹੀਂ ਅੱਗੇ ਹੋਰ ਕਿਹੜੇ ਲਗਾ ਰਹੇ ਹੋ ਬਈ ਗਗਨਦੀਪ ਕੌਰ ਕਹਿੰਦੇ ਸੀ ਆਏਗਾ ਜੀ ਬਾਕੀ ਵੀ ਦੱਸਿਆ ਕਰੋ ਆਨਸਰ ਜਲਦੀ ਨਾਲ ਠੀਕ ਹੈ ਕਿਉਂਕਿ ਇਹਦੇ ਵਿੱਚ ਜਦੋਂ ਹੁਣ ਉਹਨਾਂ ਨੇ ਪਹਿਲਾਂ ਉਹਨਾਂ ਨੇ ਕੀ ਕੀਤਾ ਗਰੁੱਪ ਡਿਸਕਸ਼ਨ ਕੀਤੀ ਹੈ ਤਾਂ ਉਹਨਾਂ ਦੀ ਲਿਸਨਿੰਗ ਸਕਿੱਲ ਸਪੀਕਿੰਗ ਸਕਿੱਲ ਨੂੰ ਇੰਪਰੂਵਮੈਂਟ ਮਿਲੀ ਹੈ ਇਹਦੇ ਵਿੱਚ ਦੈਨ ਉਹਨਾਂ ਨੇ ਕਿਹਾ ਕਿ ਇੱਕ ਲੈਟਰ ਲਿਖਣਾਗਾ ਉਹਨਾਂ ਦੀ ਰੀਡਿੰਗ ਸਕਿੱਲ ਵੀ ਆ ਜਾਏਗੀ ਹੈਨਾ ਤਾਂ ਕਿ ਇਹ ਲਿਖਣ ਦੀ ਰਾਈਟਿੰਗ ਸਕਿੱਲ ਵੀ ਆ ਜਾਏਗੀ ਇਸ ਤਰ੍ਹਾਂ ਨਾਲ ਜਿਹੜਾ ਹੋਊਗਾ ਆਪਣਾ ਕੀ ਹੈਗਾ ਸਾਰੀਆਂ ਸਕਿੱਲਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਬਈ ਉਹਨਾਂ ਨੇ ਇੰਟੀਗ੍ਰੇਟ ਕਰਕੇ ਪੜਾਇਆ ਹੈਗਾ ਓਕੇ ਤਾਂ ਕਰਕੇ ਸੀ ਆਪਸ਼ਨ ਆਪਣੀ ਬਿਲਕੁਲ ਸਹੀ ਹੈ ਜਿਹੜਾ ਤੁਸੀਂ ਪਹਿਲਾਂ ਡਿਲੀਟ ਕਰਤਾ ਉਹੀ ਆਨਸਰ ਆਉਣਾ ਸੀ ਦੂਜਾ ਜਿਹੜਾ ਦੱਸਿਆ ਉਹ ਗਲਤ ਹੈ। ਓਕੇ ਟੀਚਰ ਸ਼ੁਡ ਨੋ ਗਿਵ ਕੋਰਪੋਰਲ ਪੀਨਲਟੀ ਟੂ ਲਰਨਰਸ ਬਿਕੋਜ਼ ਬੱਚਿਆਂ ਨੂੰ ਕਹਿੰਦੇ ਟੀਚਰ ਦੁਆਰਾ ਜਿਹੜੀ ਹੈਗੀ ਹੈਗੀ ਸਜ਼ਾ ਦੰਡ ਨਹੀਂ ਦਿੱਤਾ ਜਾਣਾ ਚਾਹੀਦਾ ਹੈਗਾ ਤਾਂ ਕਿਉਂ ਜਿਹੜੀ ਸਖਤ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂ ਨਹੀਂ ਦਿੱਤੀ ਜਾਣੀ ਚਾਹੀਦੀ ਇਟ ਇਜ਼ ਓਨਲੀ ਐਨ ਇਮੋਸ਼ਨਲ ਰਿਲੀਜ਼ ਆਫ ਦਾ ਟੀਚਰਸ ਕਹਿੰਦੇ ਇਹ ਸਿਰਫ ਕੀ ਹੁੰਦਾ ਹੈ ਭਾਵਨਾਵਾਂ ਨੂੰ ਰਿਲੀਜ਼ ਕਰਦਾ ਟੀਚਰ ਆਪਣੇ ਕਿਸ ਤਰ੍ਹਾਂ ਨਾਲ ਦੇਖੋ ਹੁਣ ਮੰਨ ਲਓ ਟੀਚਰ ਘਰੋਂ ਅੱਕੇ ਥੱਕੇ ਆਏ ਨੇ ਹਨਾ ਘਰੋਂ ਲੜਕੇ ਆਏ ਨੇ ਕੋਈ ਹੋ ਗਈ ਤੂੰ ਤੂੰ ਮੈਂ ਮੈਂ ਆ ਕੇ ਬੱਚਾ ਨੂੰ ਦਿੱਤੀ ਪਨਿਸ਼ਮੈਂਟ ਬੱਚਾ ਨੂੰ ਚਾਰੜ ਤੱਕ ਟਾਪਾ ਮਤਲਬ ਕੀ ਹੈਗਾ ਕੁੱਟਤੇ ਜਵਾਕ ਵਿਚਾਰੇ ਆਪਣੀਆਂ ਭਾਵਨਾਵਾਂ ਨੂੰ ਰਿਲੀਜ਼ ਕਰਤਾ ਪਰ ਬੱਚੇ ਦੀ ਭਾਵਨਾਵਾਂ ਦਾ ਤਾਂ ਕੋਈ ਖਿਆਲ ਨਹੀਂ ਰੱਖਿਆ ਹਨਾ ਅੱਗੇ ਹੈ ਇਟ ਮੇਕਸ ਪੇਰੈਂਟਸ ਵੈਰੀ ਐਂਗਰੀ ਇਹਦੇ ਨਾਲ ਪੇਰੈਂਟਸ ਬਹੁਤ ਗੁੱਸੇ ਹੋ ਜਾਂਦੇ ਨੇ ਜਦੋਂ ਬੱਚਾ ਨੂੰ ਕਹਿੰਦੇ ਸਜ਼ਾ ਮਿਲਦੀ ਹੈ ਨਾ ਘਰ ਜਾ ਕੇ ਦੱਸਦੇ ਨੇ ਟੀਚਰ ਨੇ ਕੁੱਟਿਆ ਇਦਾਂ ਕਰਿਆ ਇਦਾਂ ਕਰਿਆ ਤਾਂ ਕੀ ਇਹ ਕਹਿੰਦੇ ਪੇਰੈਂਟਸ ਐਂਗਰੀ ਹੁੰਦੇ ਨੇ ਤਾਂ ਨਹੀਂ ਸਜ਼ਾ ਦੇਣੀ ਚਾਹੀਦੀ ਸਿਰਫ ਤੇ ਸਿਰਫ ਪੇਰੈਂਟਸ ਦੇ ਗੁੱਸੇ ਕਾਰਨ ਇਹ ਰਿਸਕੀ ਆ ਕਹਿੰਦੇ ਵੀ ਇਹਦਾ ਨਾ ਖਤਰਾ ਹੋ ਸਕਦਾ ਹੈਗਾ ਹਨਾ ਵੀ ਬੱਚਾ ਹੁੰਦਾ ਵੀ ਹੈਗਾ ਰਿਸਕੀ ਤਾਂ ਹੁੰਦਾ ਹੀ ਹੈਗਾ ਕਿਉਂਕਿ ਕਈ ਵਾਰ ਜੇ ਟੀਚਰ ਨੇ ਕੰਨ ਤੋੜਿਆ ਤਾਂ ਬੱਚੇ ਦਾ ਕੰਨ ਡੁੱਲਣ ਲੱਗ ਜਾਂਦਾ ਹਨਾ ਸਾਰੀ ਉਮਰ ਦਾ ਰੋਗ ਲੱਗ ਜਾਂਦਾ ਜਵਾਕ ਨੂੰ ਤਾ ਇਸ ਤਰ੍ਹਾਂ ਨਾਲ ਕੀ ਹੈਗਾ ਕਈ ਵਿੱਚ ਡਰ ਜਾਂਦੇ ਨੇ ਬਹੁਤ ਜ਼ਿਆਦਾ ਇਟ ਕ੍ਰੀਏਟਸ ਸਟ्रेस ਐਂਡ ਫੀਅਰ ਇਨ ਲਰਨਰਸ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਸਟ्रेस ਕ੍ਰੀਏਟ ਕੀਤਾ ਜਾਂਦਾ ਹੈ ਦੇ थ्रू ਬੱਚਿਆਂ ਦੇ ਵਿੱਚ ਡਰ ਪੈਦਾ ਹੋ ਜਾਂਦਾ ਹੈਗਾ ਜਦੋਂ ਟੀਚਰ ਦੁਆਰਾ ਉਹਨਾਂ ਨੂੰ ਪਨਿਸ਼ਮੈਂਟ ਮਿਲਦੀ ਆ ਹਾਂਜੀ ਕੀ ਆਨਸਰ ਲਗਾਓਗੇ ਵੀ ਆਨਸਰ ਕਰ ਦੋ ਓਕੇ ਜੀ ਠੀਕ ਹੈ ਵੀ ਹਾਂਜੀ ਨਹੀਂ ਜੀ ਨੰਬਰ ਸਰ ਦਾ ਨਹੀਂ ਹੈਗਾਗਾ ਇਹ ਆਪਣਾ ਜਿਹੜਾ ਇੰਸਟੀਚਿਊਟ ਦਾ ਨੰਬਰ ਆ ਵੀ ਗੇਮਰ 4x4 ਪੀਪੀ ਜੀਸੀ ਹੈਲੋ ਜੀ ਹਾਂਜੀ ਕਰੋ ਆਪ एजुकेशन ਡੀ ਲਗਾ ਰਹੇ ਨੇ ਸਾਰੇ ਨੇ ਸ਼ੈਲਜਾ ਗੇਮਰ ਬਿਲਕੁਲ ਠੀਕ ਹੈ ਜੀ ਬੱਚਾ ਵਿੱਚ ਡਰ ਦਾ ਮਾਹੌਲ ਪਾ ਦਿੱਤਾ ਜਾਂਦਾ ਹੈਗਾ ਸਟ्रेस ਚ ਆ ਜਾਂਦੇ ਨੇ ਬੱਚੇ ਹੈਨਾ ਅਗਲਾ ਦੇਖੋ ਸੀਟਿੰਗ ਅਰੇਂਜਮੈਂਟ ਸ਼ੁੱਡ ਬੀ ਫਲੈਕਸੀਬਲ ਇਨ ਲੈਂਗੁਏਜ ਕਲਾਸਰੂਮ ਬਿਕਾਜ਼ ਜਿਹੜੇ ਲੈਂਗੁਏਜ ਦੀ ਕਲਾਸ ਦੇ ਵਿੱਚ ਕੀ ਹੋਣਾ ਚਾਹੀਦਾ ਜਿਹੜੇ ਸਿਟਿੰਗ ਅਰੇਂਜਮੈਂਟਸ ਹੁੰਦੇ ਨੇ ਉਹ ਫਲੈਕਸੀਬਲ ਕਿਉਂ ਹੋਣਾ ਚਾਹੀਦਾ ਇਹ ਨਹੀਂ ਹੈਗਾ ਕਿ ਫਿਕਸ ਸੀਟਾਂ ਨੇ ਇੱਥੇ ਇਹਨੇ ਬੈਠਣਾ ਇਸ ਤੇ ਇਹਨੇ ਹੀ ਬੈਠਣਾਗਾ ਠੀਕ ਹੈ ਇਸ ਤਰ੍ਹਾਂ ਨਾਲ ਫਿਕਸ ਨਹੀਂ ਹੁੰਦੀਆਂ ਜਿਹੜੀਆਂ ਤਾਂ ਉਹ ਕਿਉਂ ਆਗਾ ਹਨਾ ਦੇਖੋ ਜੀ ਇਟ ਹੈਲਪਸ ਲਰਨਰਸ ਚੇਂਜ देयर ਪਲੇਸਸ ਫ੍ਰੀਕਵੈਂਟਲੀ ਇਹ ਬੱਚਿਆਂ ਦੀ ਹੈਲਪ ਕਰਦੇ ਨੇ ਕਿ ਆਪਣੀਆਂ ਸੀਟਾਂ ਜਿਹੜੀਆਂ ਨੇ ਉਹ ਲਗਾਤਾਰ ਚੇਂਜ ਕਰਦੇ ਰਹਿੰਦੇ ਨੇ ਜੇ ਫਲੈਕਸੀਬਿਲਟੀ ਹੋ ਗਈ ਸਿਟਿੰਗ ਅਰੇਂਜਮੈਂਟ ਤੇ ਬੇਬੀ ਕੋਈ ਕਿੱਥੇ ਮਰਜ਼ੀ ਬੈਠ ਸਕਦਾ ਹੋਵੇ ਇਟ ਫੈਸਿਲਿਟੇਟਸ ਪੇਅਰ ਗਰਪ ਐਂਡ ਪੇਅਰ ਵਰਕ ਐਂਡ ਗਰਪ ਵਰਕ ਇਹ ਇਹਦੇ ਨਾਲ ਕੀ ਹੁੰਦਾਗਾ ਜਦੋਂ ਬੱਚਿਆਂ ਨੂੰ ਪੇਅਰ ਵਰਕ ਕਰਨਾ ਹੁੰਦਾਗਾ ਜੋੜਿਆਂ ਦੇ ਵਿੱਚ ਜਾਂ ਗਰਪ ਵਰਕ ਕਰਨਾ ਹੁੰਦਾ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਸਹਾਇਤਾ ਮਿਲਦੀ ਹੈ ਠੀਕ ਹੈ ਨੈਕਸਟ ਹੈ ਇਟ ਰਿਡਿਊਸਸ ਦਾ ਰਿਸਪੌਂਸਿਬਿਲਟੀ ਆਫ ਦਾ ਟੀਚਰ ਟੀਚਰ ਦੀ ਰਿਸਪੌਂਸਿਬਿਲਟੀ ਨੂੰ ਘਟਾ ਦਿੰਦੇ ਨੇ ਕਹਿੰਦੇ ਜਦੋਂ ਬੱਚੇ ਕਿਤੇ ਮਰਜ਼ੀ ਬੈਠੇ ਰਹਿੰਦੇ ਨੇ ਕਿਵੇਂ ਮਰਜ਼ੀ ਜੋ ਵੀ ਇਹ ਪਰਪਸ ਦਾ ਟੀਚਰ ਇਨ ਮੇਨਟੇਨਿੰਗ ਡਿਸਪਲਿਨ ਜਾਂ ਫਿਰ ਟੀਚਰ ਦੀ ਹੈਲਪ ਕੀਤੀ ਜਾਂਦੀ ਹੈ ਇਸ ਪ੍ਰੋਸੈਸ ਦੁਆਰਾ ਕਿ ਉਹ ਕੀ ਕਰਦੇ ਨੇ ਡਿਸਪਲਿਨ ਕ੍ਰੀਏ ਕਰਕੇ ਰੱਖਦੇ ਨੇ ਹਾਂਜੀ ਕੀ ਆਨਸਰ ਲਗਾ ਰਹੇ ਹੋ ਓਕੇ ਜੀ ਓਕੇ ਹਾਂਜੀ ਬੀ ਆਪਸ਼ਨ ਲਗਾਈ ਹੈ ਗਗਨਦੀਪ ਨੇ ਤੇ 4th ਆਪਸ਼ਨ ਲਗਾਈ ਹੈ ਗਰੋ ਅਪ এডਿਕੇਸ਼ਨ ਨੇ ਸ਼ੈਲਜਾ ਆਪਸ਼ਨ ਏ ਲਗਾ ਰਹੇ ਨੇ ਜੀ ਓਕੇ ਬਾਕੀ ਵੀ ਗਰੋ ਹੁਣ ਅੱਛਾ ਚੇਂਜ ਕਰਤੀ ਆਪਸ਼ਨ ਤੁਸੀਂ ਬਾਕੀ ਕਰਤ ਕਰ ਦਿਓ ਜੀ ਸੀ ਹੈਗੀ ਕਹਿੰਦੇ ਇਹ ਵੀ ਹੈਗੀ ਡੀ ਹੈਗੀ ਆ ਬੀ ਵੀ ਹੈਗੀ ਆ ਹਾਂਜੀ ਓਕੇ ਜੀ ਓਕੇ ਸੀ ਦਾ ਰੋਂਗ ਹੈ ਸੀ ਕਿਹੜੀ ਹੈ ਰਿਡਿਊਸਿਸ ਟੀਚਰਸ ਰਿਸਪੌਂਸਿਬਿਲਟੀ ਇਹ ਨਹੀਂ ਆਉਗਾ ਵੀ ਕਿਉਂਕਿ ਟੀਚਰ ਰਿਸਪੌਂਸਿਬਿਲਟੀ ਨਾਲ ਕੋਈ ਸੰਬੰਧ ਨਹੀਂ ਉਹਦੀ ਤਾਂ ਰਿਸਪੌਂਸਿਬਿਲਟੀ ਹੈਗੀ ਆ ਟੀਚਰ ਨੇ ਤਾਂ ਪੜਾਣੀ ਪੜਾਣਾ ਹੈ ਨਾ ਇਹ ਨਹੀਂ ਆਏਗਾ ਡਿਸਪਲਿਨ ਤਾਂ ਵੈਸੇ ਹੀ ਕ੍ਰੀਏਟ ਹੋ ਜਾਂਦਾ ਹੁੰਦਾ ਕੋਈ ਜ਼ਰੂਰੀ ਨਹੀਂ ਹੈਗਾ ਕਿ ਸਿਟਿੰਗ ਅਰੇਂਜਮੈਂਟ ਫਲੈਕਸੀਬਲ ਹੋਏਗਾ ਤਾਂ ਹੀ ਜਿਹੜਾ ਅਪਣਾਵੇਗਾ ਤਾਂ ਇਹਦੇ ਨਾਲ ਕੀ ਹੁੰਦਾ ਕਿ ਬੱਚੇ ਜਿਹੜੇ ਹੈਗੇ ਨੇ ਉਹ ਗਰੁੱਪ ਵਰਕ ਕਰਦੇ ਨੇ ਜਾਂ ਪੇਅਰ ਵਰਕ ਕਰਦੇ ਨੇ ਉਹਦੇ ਵਿੱਚ ਉਹਨਾਂ ਨੂੰ ਫੈਸਿਲੀਟੇਟ ਕੀਤਾ ਜਾਂਦਾ ਹੈ অপਸ਼ਨ ਬੀ ਆਏਗੀ ਓਕੇ ਹਾਂਜੀ ਸੀ ਰੋਂਗਾ অপਸ਼ਨ ਆਏਗੀ ਸਾਡੇ ਕੋਲ ਬੀ ਆਏਗੀ ਇਹਦੇ ਵਿੱਚ ਨੈਕਸਟ ਦੇਖਦੇ ਜੀ ਸਬਸਟੀਟਿਊਸ਼ਨ ਟੇਬਲ ਡ੍ਰਿਲ ਹੈਲਪਸ ਟੀਚਰ ਹੈਲਪ ਟੀਚਰ ਐਂਡ ਟੀਚਰ ਦੀ ਹੈਲਪ ਕੀਤੀ ਜਾਂਦੀ ਹੈ ਕਿਹਦੇ ਦੁਆਰਾ ਮਤਲਬ ਜਦੋਂ ਟੀਚਰ ਉਹਨਾਂ ਨੂੰ ਬੱਚਿਆਂ ਨੂੰ ਕਰਵਾ ਰਹੇ ਹੁੰਦੇ ਨੇ ਸਬਸਟੀਟਿਊਸ਼ਨ ਟੇਬਲ ਡ੍ਰਿਲ ਜੇ ਟੇਬਲ ਹੁੰਦੇ ਨੇ ਬੱਚਿਆਂ ਦਾ ਅਭਿਆਸ ਕਰਵਾ ਰਹੇ ਹੁੰਦੇ ਨੇ ਤਾਂ ਸਬਸਟੀਟਿਊਸ਼ਨ ਦਾ ਮਤਲਬ ਕੀ ਹੁੰਦਾ ਬੱਚਿਆਂ ਨੂੰ ਉਹਨਾਂ ਦੀ ਇੰਟਰਸਟ ਦੇ ਅਕੋਰਡਿੰਗ ਜਿਹੜਾ ਹੈਗਾ ਐਗਜ਼ਾਮਪਲਸ ਦੇ ਦੇ ਕੇ ਜਿਹੜਾ ਹੈਗਾ ਡ੍ਰਿਲ ਕਰਵਾਈ ਜਾਂਦੀ ਹੈ ਟੇਬਲਸ ਦੀ ਇੰਪਰੂਵਿੰਗ ਦਾ ਫਲੂਐਂਸੀ ਆਫ ਲਰਨਰਸ ਬੱਚਿਆਂ ਦੀ ਜਿਹੜੀ ਹੈਗੀ ਇਹਦੇ ਥਰੂ ਫਲੂਐਂਸੀ ਨੂੰ ਇੰਪਰੂਵ ਕੀਤਾ ਜਾਂਦਾ ਇਵੈਲਿਊਏਟਿੰਗ ਦਾ ਲਿਸਨਿੰਗ ਸਕਿੱਲ ਬੱਚਿਆਂ ਦੀ ਲਿਸਨਿੰਗ ਸਕਿੱਲ ਨੂੰ ਇਵੈਲਿਊਏਟ ਉਹਦਾ ਮੁਲਾਂਕਣ ਕੀਤਾ ਜਾਂਦਾ ਹੈ ਗਿਵਿੰਗ ਕੰਟਰੋਲਡ ਲੈਂਗੁਏਜ ਪ੍ਰੈਕਟਿਸ ਜਾਂ ਫਿਰ ਕੀ ਹੈਗਾ ਲੈਂਗੁਏਜ ਪ੍ਰੈਕਟਿਸ ਜਿਹੜੀ ਹੈਗੀ ਬੱਚਿਆਂ ਨੂੰ ਉਹ ਕਰਵਾਈ ਜਾਂਦੀ ਹੈ ਪੂਰੇ ਕੰਟਰੋਲਡ ਤਰੀਕੇ ਦੇ ਨਾਲ ਜਿਹੜੀ ਲੈਂਗੁਏਜ ਪ੍ਰੈਕਟਿਸ ਕਰਵਾਈ ਜਾਂਦੀ ਹੈ ਜਾਂ ਫਿਰ ਲਾਸਟ ਹੈ ਡਿਵੈਲਪਿੰਗ ਫ੍ਰੀ ਰਾਈਟਿੰਗ ਸਕਿਲਸ ਬੱਚਿਆਂ ਦੀ ਜਿਹੜੀ ਹੈਗੀ ਉਹਦੇ ਵਿੱਚ ਫ੍ਰੀ ਰਾਈਟਿੰਗ ਸਕਿੱਲ ਨੂੰ ਡਿਵੈਲਪ ਕੀਤਾ ਜਾਂਦਾ ਹੈਗਾ ਲ ये कोच तो वाली बाकी की लगा रहे होंगे हां जी बाकी की लगा रहे हो भाई ਡੀ অপਸ਼ਨ ਲਗਾਤਾ ਗਰੋਪ এডਿਕੇਸ਼ਨ ਨੂੰ ਕੁਲਦੀਪ ਮਾਨਕ ਅਛਾ ਮਾਨਕਸਾ ਪਹੁੰਚ ਗਈ ਕਲਾਸ ਦੇ ਵਿੱਚ ਬੀ অপਸ਼ਨ ਲਗਾਈ ਆ ਅਛਾ ਹੁਣ ਡੀ ਵੀ ਲੱਗ ਗਈ ਓਕੇ ਜੀ ਬੀ ਕਹਿੰਦੇ ਈਵੈਲਿਊਏਟ ਕੀਤਾ ਜਾਂਦਾ ਉਹਨਾਂ ਦੇ ਲਿਸਨਿੰਗ ਸਕਿੱਲ ਨੂੰ ਓਕੇ ਹੋਰ ਕਿਹੜੇ ਹੋ ਤੁਸੀਂ ਡੀ ਵਾਲੇ ਹੋਗੇ ਉਹਨਾਂ ਦੇ ਫ੍ਰੀ ਰਾਈਟਿੰਗ ਸਕਿੱਲ ਨੂੰ ਕੀ ਕੀਤਾ ਜਾਂਦਾ ਕਹਿੰਦੇ ਇਹਦੇ ਵਿੱਚ ਜੀ ਡਿਵੈਲਪ ਕੀਤਾ ਜਾਂਦਾ ਬਟ ਅ ਸਬਸਟੀਟਿਊਸ਼ਨ ਟੇਬਲ ਡ੍ਰਿਲ ਦੇ ਵਿੱਚ ਕੀ ਹੁੰਦਾਗਾ ਹੈ ਹੈਲਪ ਟੀਚਰਜ਼ ਟੀਚਰਜ਼ ਦੀ ਹੈਲਪ ਪੁੱਛੀ ਜਾ ਰਹੀ ਹੈ ਵੀ ਕਿਵੇਂ ਕੀਤੀ ਜਾਂਦੀ ਆ ਤੇ ਕੀ ਹੈਗਾ ਟੀਚਰ ਕੀ ਕਰਦੇ ਨੇ ਗਿਵਿੰਗ ਕੰਟਰੋਲਡ ਲੈਂਗੁਏਜ ਬੱਚਿਆਂ ਨੂੰ ਪ੍ਰੈਕਟਿਸ ਤਾਂ ਕਰਵਾਈ ਜਾਂਦੀ ਆ ਕਿ ਕੰਟਰੋਲਡ ਵੇ ਦੇ ਨਾਲ ਕਰਵਾਈ ਜਾਂਦੀ ਹੁੰਦੀ ਆ ਕਿਉਂਕਿ ਸਿਲੈਕਟਡ ਫਾਰਮਸ ਹੁੰਦੇ ਨੇ ਬੱਚਿਆਂ ਨੂੰ ਜਿਹੜੇ ਮਾਡਲ ਪੇਸ਼ ਕੀਤੇ ਜਾਂਦੇ ਨੇ ਟੀਚਰ ਆਪ ਦੇ ਅਕੋਰਡਿੰਗ ਹੈ ਨਾ ਉਹਨਾਂ ਨੂੰ ਪੇਸ਼ ਕਰ ਦਿੰਦੇ ਨੇ ਕਿ ਕਿਸ ਤਰ੍ਹਾਂ ਨਾਲ ਹੋ ਸਕਦਾ ਹੈ ਤਾਂ ਇਹ ਕੰਟਰੋਲਡ ਵੀ ਦੇ ਨਾਲ ਹੁੰਦਾ ਹੈ ਤਾਂ ਆਪਾਂ ਕਹਿ ਸਕਦੇ ਆ ਕਿ ਗਿਵਿੰਗ ਕੰਟਰੋਲ ਜਿਹੜੀ ਲੈਂਗੁਏਜ ਪ੍ਰੈਕਟਿਸ ਦੇ ਵਿੱਚ ਹੈਲਪ ਕਰਦੀ ਹੈ ਬੱਚਾਂ ਟੀਚਰ ਦੀ ਹੈਲਪ ਕੀਤੀ ਜਾਂਦੀ ਹੈ ਇਹਦੇ ਵਿੱਚ ਠੀਕ ਹੈ ਇਹਦੇ ਵਿੱਚ ਵੈਲਿਊਏਟ ਨਹੀਂ ਕੀਤਾ ਇਹਦਾ ਜਸਟ ਸਿਖਾਇਆ ਜਾ ਰਿਹਾ ਹੈ ਅਜੇ ਤਾਂ ਉਹਨਾਂ ਨੂੰ ਯੰਗ ਲਰਨਰਸ ਵਿਲ ਇੰਜੋਏ ਅ ਪਲੇ ਇਨਕਲੂਡ ਟੈਕਸਟਬੁੱਕ ਵੈਨ ਦੇ ਜਿਹੜੇ ਛੋਟੇ ਬੱਚੇ ਨੇਗੇ ਉਹ ਕੀ ਕਰਨਗੇ ਜਦੋਂ ਉਹਨਾਂ ਦੀ ਇੱਕ ਟੈਕਸਟਬੁੱਕ ਦੇ ਵਿੱਚ ਇੱਕ ਪਲੇ ਦਿੱਤਾ ਹੋਇਆਗਾ ਉਹਨੂੰ ਕਿਸ ਤਰ੍ਹਾਂ ਨਾਲ ਇੰਜੋਏ ਕਰਨਗੇ ਪੜ੍ਹਦੇ ਟਾਈਮ ਠੀਕ ਹੈ ਤਾਂ ਕੀ ਆਏਗਾ ਦੇਖੋ ਜੀ ਇਨੈਕਟ ਦਾ ਪਲੇ ਉਸ ਪਲੇ ਨੂੰ ਇਨੈਕਟ ਕਰਕੇ ਇਨੈਕਟ ਮਤਲਬ ਉਸ ਪਲੇ ਨੂੰ ਰੋਲ ਅਦਾ ਕਰਕੇ ਜਿਸ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂਗੇ ਕਿ ਭਾਗੀਦਾਰੀ ਉਹਦੇ ਵਿੱਚ ਕਰਕੇ ਗੈਟ ਡਿਟੇਲਡ ਐਕਸਪਲੇਨੇਸ਼ਨਸ ਅਬਾਊਟ ਦਾ ਪਲੇ ਫਰਮ ਦਾ ਟੀਚਰ ਜਾਂ ਫਿਰ ਟੀਚਰ ਤੋਂ ਉਸ ਪਲੇ ਦੇ ਨਾਲ ਸੰਬੰਧਿਤ ਜਿਹੜੀ ਪੂਰੀ ਦੀ ਪੂਰੀ ਐਕਸਪਲੇਨੇਸ਼ਨ ਲੈਣਗੇ ਬੱਚੇ ਉਹਨੂੰ ਐਕਸਪਲੇਨ ਕਰਵਾਉਣਗੇ ਯਾ ਰੀਡ ਦਾ ਪਲੇ ਸਾਇਲੈਂਟਲੀ ਜਾਂ ਸਾਇਲੈਂਟ ਵੇ ਦੇ ਨਾਲ ਬੈਠ ਕੇ ਪਲੇ ਆਪਣਾ ਜਿਹੜਾ ਬੁੱਕ ਦੇ ਵਿੱਚ ਦਿੱਤਾ ਹੋਇਆਗਾ ਉਹਨੂੰ ਚੁੱਪਚੀਤੇ ਬੈਠ ਕੇ ਰੀਡ ਆਊਟ ਕਰਨਗੇ ਜਾਂ ਲਾਸਟ ਆਪਸ਼ਨ ਦੇਖਦੇ ਆਂ ਜੀ ਲਿਸਨ ਟੂ ਦਾ ਟੀਚਰ ਰੀਡਿੰਗ ਦਾ ਪਲੇ ਕੀ ਕਰਨਗੇ ਜਦੋਂ ਟੀਚਰ ਜਿਹੜਾਗਾ ਉਹ ਪਲੇ ਨੂੰ ਰੀਡ ਕਰ ਰਹੇ ਨੇ ਤੇ ਬੱਚੇ ਉਹਨੂੰ ਸੁਣਨਗੇ ਕੀ ਆਨਸਰ ਕਰੋਗੇ ਜੀ ਆਨਸਰ ਤੁਹਾਡਾ ਸਾਰਿਆਂ ਦਾ ਸਹੀ ਹੋਣਾ ਚਾਹੀਦਾ ਬਿਲਕੁਲ ਹੀ ਸੌਖਾ ਜਿਹਾ ਸਵਾਲ ਹੈ ਤਾਂ ਆਪਣਾ ਕਿ ਉਹ ਸਪਲੇ ਨੂੰ ਜਦੋਂ ਬੱਚੇ ਕਿਵੇਂ ਵੱਧ ਵੱਧ ਇੰਜੋਏ ਕਿਸ ਤਰ੍ਹਾਂ ਨਾਲ ਕਰਨਗੇ ਜੇ ਉਹ ਉਸ ਦੇ ਵਿੱਚ ਆਪਣੇ ਆਪ ਉਹ ਰੋਲ ਜਿਹੜਾ ਕਰੈਕਟਰ ਪਲੇ ਕਰ ਰਹੇ ਨੇ ਤਾਂ ਉਹਨੂੰ ਇੰਜੋਏ ਕਰਨਗੇ ਟੀਚਰ ਤੋਂ ਸੁਣ ਰਹੇ ਨੇ ਤਾਂ ਕਰਨਗੇ ਜਾਂ ਉਹ ਸਪਲੇ ਦੀ ਐਕਸਪਲੇਨੇਸ਼ਨ ਲੈ ਰਹੇ ਨੇ ਟੀਚਰ ਤੋਂ ਜਾਂ ਚੁੱਪਚਾਪ ਬੈਠ ਕੇ ਰੀਡ ਕਰ ਰਹੇ ਨੇ ਇਹ ਸਾਰਿਆਂ ਦਾ ਸਹੀ ਜਾਏਗਾ ਕੋਈ ਗੱਲ ਨਹੀਂ ਜੇ ਪਹਿਲਾਂ ਸਾਰਿਆਂ ਦਾ ਕਿਹਾ ਗਿਆ ਸੀ ਗਲਤ ਤਾਂ ਇਹ ਆਊਗਾ ਸਾਰਿਆਂ ਦਾ ਸਹੀ ਕਿਉਂਕਿ ਆਨਸਰ ਆਪਣਾ ਇਹੀ ਆਏਗਾ ਜਦੋਂ ਵੀ ਅਸੀਂ ਕੋਈ ਵੀ ਚੀਜ਼ ਨੂੰ ਇੰਜੋਏ ਕਰਨਾ ਤਾਂ ਅਸੀਂ ਉਹਦੇ ਵਿੱਚ ਜੇ ਅਸੀਂ ਉਸ ਤਰੀਕੇ ਨਾਲ ਉਸ ਨੂੰ ਨਿਭਾ ਰਹੇ ਹਾਂ ਨਾ ਅਸੀਂ ਰੋਲ ਪਲੇ ਕਰ ਰਹੇ ਹਾਂਗੇ ਤਾਂ ਅਸੀਂ ਬਸਤ ਤਰੀਕੇ ਨਾਲ ਉਹਨੂੰ ਇੰਜੋਏ ਕਰ ਸਕਦੇ ਹਾਂ ਬਿਲਕੁਲ ਠੀਕ ਹੈ ਜੀ ਸਾਰਿਆਂ ਦਾ ਇਹ অপਸ਼ਨ ਆਈ ਹੈ ਠੀਕ ਹੈ ਇਨੈਕਟ ਦਾ ਪਲੇ ਹਾਂਜੀ ਠੀਕ ਹੈ ਜੀ ਓਕੇ ਓਕੇ ਸਾਰਿਆਂ ਦਾ ਸਹੀ ਜਾ ਰਿਹਾ ਹਾਂਜੀ ਆਪਣਾ ਜਿਹੜਾ ਜਦੂ ਐਜੂਕੇਸ਼ਨ ਦਾ ਐਪ ਆ ਮੋਸਟਲੀ ਤੁਹਾਡੇ ਕੋਲ ਹੈਗਾ ਹੀ ਆ ਜਿਹਦੇ ਕੋਲ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਹੈਗਾ ਆਪਣਾ ਅਨ ਪਲੇ ਸਟੋਰ ਤੇ ਜਾਣਾ ਤੇ ਜੈਦੂ ਐਜੂਕੇਸ਼ਨ ਦੇ ਐਪ ਨੂੰ ਡਾਊਨਲੋਡ ਕਰੋ ਵੀ ਜਾ ਕੇ ਗੂਗਲ ਪਲੇ ਤੇ ਤੇ ਜਿਹੜਾ ਆਪਣਾ ਟੈਲੀਗ੍ਰam ਗਰੁੱਪ ਬਣਿਆ ਹੋਇਆ ਜੈਦੂ ਐਜੂਕੇਸ਼ਨ ਦੇ ਨਾਮ ਤੇ ਹੀ ਆ ਉਹਨੂੰ ਜਰੂਰ ਜਿਹੜਾ ਹੈਗਾ ਯਾਦ ਨਾਲ ਤੁਸੀਂ ਜੁਆਇਨ ਕਰ ਲਓ ਕਿਉਂਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਕੋਲ ਉੱਥੇ ਪਹੁੰਚਦਾ ਹੈਗਾ ਠੀਕ ਹੈ ਜੀ ਚਲੋ ਕੱਲ ਦੀ ਕਲਾਸ 'ਚ ਮਿਲਦੇ ਆਂ ਥੈਂਕ ਯੂ ਸੋ ਮੱਚ